ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਜਲਿਆਂਵਾਲਾ ਬਾਗ ਦੇ ਨਰਸੰਹਾਰ ਦੇ 100 ਸਾਲ ਪੂਰੇ ਹੋਣ ਤੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਤੇ ਅਕਾਲੀ ਦਲ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕੀਤੇ ਜਾਣ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਲੁਧਿਆਣਾ ਤੋਂ ਸਾਂਸਦ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਨੂੰ ਉਹਨਾਂ ਦੇ 10 ਸਾਲਾਂ ਦੇ ਸ਼ਾਸਨ ਕਾਲ ਦੌਰਾਨ ਰਾਜ ਵਿੱਚ ਹੋਈ ਬੇਅਦਬੀਆਂ ਦੀ ਯਾਦ ਦਿਲਾਈ ਹੈ। ਇਸ ਦੌਰਾਨ ਉਹਨਾਂ ਨੇ ਅਕਾਲੀਆਂ ਤੇ ਕੇਂਦਰ ਵਿੱਚ ਮੋਦੀ ਸਰਕਾਰ ਦੀ ਸ਼ਹਿ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਪੁਲਿਸ ਅਫਸਰ ਦਾ ਤਬਾਦਲਾ ਕਰਵਾਉਣ ਦੇ ਵੀ ਆਰੋਪ ਲਗਾਏ। ਯਾਰ ਅਕਾਲੀ ਦਲ ਵਾਲੇ ਨਵੀਂ ਗੱਲ ਕਰੋ, ਅਕਾਲੀ ਦਲ ਤੋਂ ਹੋਰ ਗੱਲ ਨਹੀਂ ਹੋਈ ਆ। ਗੁਰੂ ਗ੍ਰੰਥ ਸਾਹਿਬ ਕੀ ਬੇਅਦਬੀ ਕਿਸਨੇ ਕੀ ਹੈ ਜਵਾਬ ਇਹਨਾਂ ਕੋਲ? ਗੁਰੂ ਗ੍ਰੰਥ ਸਾਹਿਬ ਕੀ ਬੇਅਦਬੀ ਕਰਨੇ ਵਾਲੇ ਜੋ ਗੁਰੂ ਸੇ ਗੁਰੂ ਕੇ ਅੰਗ ਗਲੀ ਗਲੀ ਮੇ ਇਨਕੀ ਵਜ੍ਹਾ ਸੇ ਵੋ ਹਰ ਜਗ੍ਹਾ ਉਨਕੋ ਅੰਗੋਂ ਕੋ ਪਾੜ ਕੇ ਫੇਂਕਾ ਗਿਆ, ਯੇ ਬਾਤ ਕਰੇਂਗੇ? ਯੇ ਗੁਰੂ ਕੀ ਬਾਤ ਕਰੇਂਗੇ? ਯੇ ਬਤਾਏਂਗੇ ਰਾਹੁਲ ਗਾਂਧੀ ਕੋ ਔਰ ਕਾਂਗਰਸ ਕੋ ਕਿਆ ਕਰਨਾ ਹੈ? ਜੋ ਅਭੀ ਅਭੀ ਜਬ ਵਿਜੇ ਕੁਮਾਰ ਪ੍ਰਤਾਪ ਜੋ ਇਨਕੇ ਗਲੇ ਕੇ ਪਾਸ ਪਹੁੰਚਨੇ ਲਗਾ ਥਾ, ਤੋ ਇਲੈਕਸ਼ਨ ਕਮਿਸ਼ਨ ਸੇ ਮੋਦੀ ਸੇ ਮਦਦ ਮੰਗ ਕੇ ਉਨਕੋ ਜੋ ਚੇਂਜ ਕਰਵਾ ਦਿਆ, ਯੇ ਬਾਤ ਕਰੇਂਗੇ ਗੁਰੂ ਕੀ? 11 ਵਜੇ ਚੁੱਪ ਚਪਾ ਕੇ ਗਏ ਹੈ ਸਵੇਰੇ ਜਾਂਦੇ। ਵੋ ਤੋ ਜਬ ਵੀ ਆਤੇ ਹੈ ਅੰਮ੍ਰਿਤਸਰ, ਜਬ ਵੀ ਵੋ ਗਏ ਹੈ ਵੋ ਦਰਬਾਰ ਸਾਹਿਬ ਮਾਥਾ ਟੇਕ ਕੇ ਹੀ ਵਾਪਸ ਗਏ ਹੈ, ਵੋ ਕਭੀ ਦਰਬਾਰ ਸਾਹਿਬ ਮਾਥਾ ਟੇਕਨੇ ਕੇ ਬਗੈਰ ਨਹੀਂ ਗਏ। ਪਹਿਲੀ ਵਾਰ ਗਏ ਹੈ। ਕੌਣ ਕਹਿ ਰਿਹਾ ਹੈ? ਮੇਰੇ ਖਿਆਲ ਕੋ ਯੇ ਗਿਆਨ ਹੀ ਕਿਸੇ ਕੋ ਨਹੀਂ ਹੈ। ਤੁਹਾਡੀ ਗਲਤਫਹਿਮੀ ਹੈ। ਜਬ ਉਹਨਾਂ ਦਾ ਕਹਿਣਾ ਕੀ ਆ ਵੀ ਜਦ ਵੀ ਅੰਮ੍ਰਿਤਸਰ ਆਏ ਆ, ਜਦੋਂ ਵੀ ਅੰਮ੍ਰਿਤਸਰ ਆਏ ਆ, ਦਰਬਾਰ ਸਾਹਿਬ ਮੱਥਾ ਟੇਕ ਕੇ ਰਾਹੁਲ ਗਾਂਧੀ ਗਏ ਆ, ਇਹਨਾਂ ਨਾਲ ਵੱਧ ਵੱਡੇ ਸਿੱਖ ਨੇ, ਇਹਨਾਂ ਨੂੰ ਉਹ ਸਿੱਖੀ ਨੂੰ ਮੰਨਦੇ ਵੀ ਨੇ ਤੇ ਸਿੱਖੀ ਨੂੰ ਗੱਲ ਜਿਹੜਾ ਗੁਰੂਆਂ ਨੇ ਰਾਸਤਾ ਦਿਖਾਇਆ ਉਹਨੂੰ ਉਸ 'ਤੇ ਚੱਲਦੇ ਵੀ ਨੇ। ਇਹ ਉਹ ਨੇ ਜਿਹੜੇ ਗੁਰੂਆਂ ਦੇ ਨਾਂ 'ਤੇ ਵੋਟਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ। ਗੁਰੂ ਸਿਖਾਉਂਦਾ, ਗੁਰੂ ਨਸ਼ੇ ਦੇ ਖਿਲਾਫ ਲਿਖਦਾ ਏ, ਇਹਨਾਂ ਨੇ ਚਿੱਟਾ ਵੰਡ ਵੰਡ ਗੁਰੂ ਦੀ ਜਿਹੜੀ ਗੱਲ ਆ ਉਹਨੂੰ ਨਕਾਰਿਆ। ਇਹ ਤਾਂ ਉਹ ਲੋਕ ਨੇ ਰੇਤਾ ਚੋਰ, ਇਹ ਗੱਲਾਂ ਕਰਨਗੇ ਰਾਹੁਲ ਗਾਂਧੀ ਦੇ ਬਰਾਬਰ ਦੀਆਂ? ਬਿੱਟੂ ਵੱਲੋਂ ਲੁਧਿਆਣਾ 'ਚ ਆਪਣੇ ਚੋਣ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ। ਹਰ ਪਾਰਟੀ ਆਪਣਾ ਆਪਣਾ ਦਫ਼ਤਰ ਖੋਲ੍ਹਦੀ ਆ। ਅਸੀਂ ਤਾਂ ਇੱਕ ਸਾਦੇ ਤਰੀਕੇ ਨਾਲ, ਇੱਕ ਬਹੁਤ ਸਾਦੇ ਤਰੀਕੇ ਨਾਲ ਸਾਰੇ ਧਰਮਾਂ ਦਾ ਆਸ਼ੀਰਵਾਦ ਲੈ ਕੇ ਸਿਰਫ ਅਸੀਂ ਸੀਨੀਅਰ ਲੀਡਰਸ਼ਿਪ ਜਿਹੜੀ ਉਹ ਇਕੱਠੇ ਹੋ ਕੇ ਅੱਜ ਦਫ਼ਤਰ ਦਾ ਉਦਘਾਟਨ ਆ ਜਿਹੜਾ ਬੜਾ ਹੀ ਸਿੰਪਲ ਤਰੀਕੇ ਨਾਲ ਉਦਘਾਟਨ ਕਰਨ ਲੱਗੇ ਹਾਂ, ਕਿਉਂਕਿ ਇਹ ਸੜਕਾਂ ਇਹ ਰਾਹ ਨੇ ਬਲੌਕ ਨਾ ਹੋਣ ਤੇ ਇਹ ਦਫ਼ਤਰ ਦੀ ਬੜੀ ਸ਼ਾਂਤੀ ਬਈ ਢੰਗ ਨਾਲ। ਇਸ ਦੌਰਾਨ ਵਿਰੋਧੀਆਂ ਵੱਲੋਂ ਬੀਤੇ 5 ਸਾਲਾਂ 'ਚ ਸ਼ਹਿਰ 'ਚ ਉਹਨਾਂ ਦਾ ਕੋਈ ਵੀ ਦਫ਼ਤਰ ਨਾ ਹੋਣ ਸੰਬੰਧੀ ਉਠਾਏ ਗਏ ਸਵਾਲਾਂ ਤੇ ਬਿੱਟੂ ਨੇ ਕਿਹਾ ਕਿ ਅਕਾਲੀਆਂ ਕੋਲ ਉਹਨਾਂ ਦੇ ਮੁਕਾਬਲੇ ਕੋਈ ਉਮੀਦਵਾਰ ਨਹੀਂ ਹੈ। ਮੈਂ ਉਹਨਾਂ ਨੂੰ ਕਹਿਣਾ ਵੀ ਜਿਹੜੀ ਆਰਬਿਟ ਦੀਆਂ ਬੱਸਾਂ ਨਾ, ਟਿਕਟ ਮਿਲ ਜਾਣਾ ਸੀਗਾ ਰਣਜੀਤ ਢਿੱਲੋਂ ਨੂੰ, ਜੇ ਇਹ ਬੱਸਾਂ ਦੀ ਥਾਂ ਆਰਬਿਟ ਬੱਸਾਂ ਦੇ ਧੂਫ ਕਰ ਦਿੰਦਾ ਨਾ ਬਾਦਲ ਦੀਆਂ ਬੱਸਾਂ ਦਾ, ਸ਼ਾਇਦ ਟਿਕਟ ਮਿਲ ਵੀ ਜਾਂਦਾ। ਹਾਲਾਂਕਿ ਇਸ ਪੂਰੇ ਘਟਨਾਕ੍ਰਮ 'ਚ ਬਿੱਟੂ ਦੇ ਚੋਣ ਦਫ਼ਤਰ ਵਿੱਚ ਕੋਈ ਵੀ ਏਸੀ ਜਾਂ ਪੰਖਾ ਨਹੀਂ ਲੱਗਿਆ ਹੋਇਆ ਸੀ, ਜਿਸ ਦੇ ਚਲਦਿਆਂ ਲੋਕ ਬੇਹਾਲ ਦਿਖਾਈ ਦਿੱਤੇ। ਇਸ ਮੌਕੇ ਤੇ ਖਾਸ ਤੌਰ ਤੇ MP ਵੱਲੋਂ ਸਾਰੇ ਧਰਮਾਂ ਦੀ ਪ੍ਰਾਰਥਨਾ ਕਰਵਾਈਆਂ ਗਈਆਂ ਅਤੇ ਅਸ਼ਟਮੀ ਹੋਣ ਦੇ ਨਾਂ ਤੇ ਕੰਜਕ ਪੂਜਨ ਵੀ ਕੀਤਾ ਗਿਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।